ilaha illallah. Ashhadu an la ilaha illallah. Ashhadu anna Muhammadan rasulullah. Muhammadan rasulullah. Ashhadu anna Muhammadan rasulullah. Muhammadan rasulullah. Sallallahu alaihi wasallam. Allahu Akbar. La ilaha illallah. Wa ana ashhadu an la ilaha illallah. Wahdahu la sharika lah. Muhammadan abduhu wa rasuluh. Rabban wa bil salam deenu wa Muhammadan sallallahu ala Muhammadan wa ala alihi. رب هذه الدعوة التامة والصلاة محمدا الوسيلة والفضيلة والرسول الحمد لله رب العالمين وأشهد أن لا إله إلا الله وحده لا شريك له إله الأولين والآخرين واشهد ان سيدنا ومولانا محمدا عبده ورسوله اللهم صل على محمد النبي الامي وعلى اله وصحبه وبارك وسلم اما بعد فاعوذ بالله من الشيطان الرجيم بسم الله الرحمن الرحيم إن الذين قالوا ربنا الله ثم استقاموا تتنزل عليهم الملائكة ألا تخافوا ولا تحزنوا وأبشروا بالجنة التي كنتم توعدون نحن أولياؤكم في الحياة الدنيا وفي الآخرة ولكم فيها ما تشتهي أنفسكم ولكم فيها ما تدعون نذرا من غفور رحيم واجب الاحترام سامعین کرام سورہ میم سجدہ چودھویں پارا اور آیات کریمہ دی 30-31-32 دنیا دے اندر ہر انسان اپنے اندر شے پاؤندا ہے پیو دے اندر خواہشات لا محدود ਤੜਪਦਾ ਹੈ ਮੈਨੂੰ ਆ ਵੀ ਮਿਲਣਾ ਚਾਹੀਦਾ ਆ ਵੀ ਮਿਲਣਾ ਚਾਹੀਦਾ ਮਗਰ ਉਹ ਸਾਰੀਆਂ ਚੀਜ਼ਾਂ ਫਿਰ ਆਜ਼ਾਦ ਆ ਕਮਜ਼ੋਰ ਹੋ ਜਾਣਾ ਬੁਢਾਪਾ ਆ ਜਾਣਾ ਮੁੜ ਕੇ ਮੌਤ ਜਿਸ ਤੋਂ ਕੋਈ ਛੁਟਕਾਰਾ ਨਹੀਂ ਇਹ ਸਾਰੇ ਮਜ਼ੇ ਕਿਰਕਿਰੇ ਕਰਨ ਇਸ ਤੋਂ ਫਿਰ ਬਿਲਕੁਲ ਰੋਂਦਿਆਂ ਵਾਲਾ ਸ਼ਾਇਰ ਨੂੰ ਕਹਿਣਾ ਪੈਂਦਾ ਹਜ਼ਾਰੋਂ ਖਾਹਿਸ਼ਾਂ ਐਸੀ ਕਿ ਹਰ ਖਾਹਿਸ਼ ਮੈਂ ਦਮ ਨਿਕਲੇ ਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਵੀ ਕੰਮ ਬਾਦਸ਼ਾਹ ਤੱਕ ਵੀ ਇਸੇ ਤਰ੍ਹਾਂ ਹੀ ਆ ਜੇ ਇੱਕ ਇਲਾਕਾ ਕਿਸੇ ਕੋਲ ਆਉਂਦਾ ਸਾਰੀ ਦੁਨੀਆ ਮੇਰੇ ਕੋਲ ਹੋਵੇ ਇਸੇ ਤਰ੍ਹਾਂ ਹੀ ਖੂਬਸੂਰਤ ਬੀਵੀਆਂ ਖਿਦਾਨੇ ਮਹੱਲਾਤ ਗਾਰਾਂ ਗਾਂ ਤੋਂ ਗਾਂ ਕੋਈ ਇਸ ਲਿਸਟ ਦਾ ਅੰਦਾਜ਼ਾ ਹੀ ਕੋਈ ਇਨਸਾਨ ਕੀ ਕੁਛ ਚਾਹੁੰਦਾ ਅਮੀਰ ਵੀ ਚਾਹੁੰਦਾ ਗਰੀਬ ਵੀ ਚਾਹੁੰਦਾ ਮਿਲੇ ਜਾਂ ਨਾ ਮਿਲੇ ਚੜ ਅੱਲਾਹ ਤਾਲਾ ਦੇ ਬਾਰੇ ਚੋਣੇ ਇੰਤਹਾਈ ਬਦਮਾਨੀ ਔਰ ਜ਼ੁਲਮ ਹੋਊਗਾ ਜੇ ਉਹਨੇ ਬੰਦੇ ਦੇ ਅੰਦਰ ਅੱਗ ਇੰਨੀ ਲਾਤੀ ਡਿਮਾਂਡ ਇੰਨੀ ਹੈ ਇਹਦਾ ਰਿਸਪਾਂਸ ਕੋਈ ਅੱਗੇ ਇਹਦਾ ਕੋਈ ਹੱਲ ਨਹੀਂ ਇੱਕ ਬੀਵੀ ਦੀ ਬਜਾਏ ਆਉਂਦਾ ਹਜ਼ਾਰਾਂ ਬੀਵੀਆਂ ਹੋਣ ਖੂਬਸੂਰਤ ਹੋਣ ਮੇਰੇ ਤਾਕਤ ਇੰਨੀ ਹੋਏ
ਤੇ ਮੈਂ ਸਭ ਤੋਂ ਨਜ਼ਰ ਉਠਾਵਾਂ, ਨਹੀਂ ਹੋ ਸਕਦਾ, ਇੰਨੀ ਤਾਕਤ ਹੀ ਹੈ। ਮੈਂ ਅਸਮਾਨਾਂ 'ਤੇ ਉੜਾਂ, ਨਹੀਂ ਵਸਦੀ ਮੇਰੇ ਤੁਹਾਡੇ ਅੰਦਰ ਵੀ ਹੈ, ਮੇਰੇ ਕੋਲ ਤਿਆਰਾ ਹੋਵੇ ਨਹੀਂ। ਅੱਲਾਹ ਤਾਲਾ ਦੇ ਬਾਰੇ 'ਚ ਸੋਚਣਾ ਪੈਣਾ ਕਿ ਉਹਨੇ ਕਿਉਂ ਜ਼ਿਆਦਾ ਮਾਦਲਾ ਕੀਤੀ, ਇੰਨੀਆਂ ਖਾਹਿਸ਼ਾਂ ਪੈਦਾ ਕਰਤੀਆਂ ਔਰ ਉਹਦੇ ਵਾਸਤੇ ਕੋਈ ਇੰਤਜ਼ਾਮ ਹੀ ਨਹੀਂ। ਇਹ ਬਹੁਤ ਕਾਬਲੇ ਗੌਰ ਸਵਾਲ ਹੈ ਔਰ ਇਹਦੇ ਹੱਲ ਵਾਸਤੇ ਕੁਰਾਨ ਦੀ ਆਇਤਾਂ ਮੈਂ ਪੜ੍ਹੀ ਕਿ ਅੱਲਾਹ ਤਾਲਾ ਬੰਦਿਆਂ ਨਾਲ ਜ਼ਿਆਦਾ ਨਹੀਂ ਕਰ ਸਕਦਾ ਕਿ ਉਹਨਾਂ ਦੇ ਦਿਲਾਂ 'ਚ ਇੰਨੇ ਸ਼ੌਕ ਪੈਦਾ ਕਰ ਦੇਵੇ, ਕੋਈ ਕੋਈ ਸਮਾਨ ਹੀ ਨਾ ਹੋਵੇ ਉਹ ਸ਼ੌਕ ਪੂਰੇ ਕਰਨ। ਅੱਲਾਹ ਪਾਕ ਨੇ ਵੀ ਕੁਰਾਨ ਦੇ ਅੰਦਰ ਜ਼ੁਇਯਨਾ ਲਿਨਨਾਸ ਹੁਬੁ ਸ਼ਹਾਵਾਤ, ਸ਼ਹਾਵਤ ਸਾਡੀ ਬੋਲੀ 'ਚ ਸਿਰਫ ਔਰਤ ਦੀ ਖਾਹਿਸ਼ ਮਾਨ, ਅਸੀਂ ਆਪਣੀ ਜ਼ਬਾਨ ਤੋਂ ਸ਼ਹਾਵਤ ਬੋਲਦੇ ਹਾਂ, ਮਤਲਬ ਆਪਣੇ ਸਿਰਫ ਮੁਖਾਲਫ ਜਿਹੜਾ ਬੀਵੀ ਔਰਤ ਉਹਦਾ ਸ਼ੌਕ ਨਹੀਂ, ਅਰਬੀ ਜ਼ਬਾਨ 'ਚ ਨਹੀਂ। ਅਰਬੀ ਜ਼ਬਾਨ ਸਿਰਫ ਚਾਹੁਣਾ, ਭਾਵੇਂ ਤੁਸੀਂ ਦੌਲਤ ਚਾਹੋ, ਮਿਠਾਈਆਂ ਚਾਹੋ, ਫਰੂਟ ਚਾਹੋ, ਮਕਾਨ ਚਾਹੋ, ਸਿਰਫ ਸ਼ੌਕ ਚਾਹਤ ਕਿਸੇ ਕਿਸਮ ਦੀ ਅਰਬੀ ਜ਼ਬਾਨ 'ਚ ਦਾ ਨਾਮ ਸ਼ਹਾਵਤ। ਅੱਲਾਹ ਫਰਮਾਉਂਦਾ ਜ਼ੁਇਯਨ ਲਿਨਨਾਸ ਹੁਬੁ ਸ਼ਹਾਵਾਤ, ਮੈਂ ਖੁਦ ਬੰਦਿਆਂ ਦੇ ਦਿਲ 'ਚ ਖਵਾ ਦਿੱਤਾ ਹੈ ਇਹ ਮਰਬੂਬ ਚੀਜ਼ਾਂ, ਮਨਪਸੰਦ ਚੀਜ਼ਾਂ ਨੂੰ ਬਹੁਤ ਚਾਹੁੰਦਾ, ਉਹਨਾਂ ਦੇ ਇਸ਼ਕ 'ਚ ਦੀਵਾਨਾ ਹੋਇਆ। ਔਰ ਅੱਗੇ ਕੁਛ ਗਿਣੀਆਂ ਵੀ ਹੈ, ਮਿਲਣ ਸਾਰੇ ਔਰਤਾਂ ਵੱਲ ਬਣੀਆਂ ਬੇਠੇ, ਕਿੰਨੇ ਲੋਕ ਚਾਹੁੰਦੇ ਘਰ ਜਿਹੜਾ ਉਹਦੇ ਫਰਜ਼ੀ ਤਰ੍ਹਾਂ ਬੱਚੇ ਖੇਡਦੇ ਫਿਰਨ, ਵਿਚਾਰੇ ਤਰਸਦੇ ਮਰਨ, ਨਹੀਂ ਰੱਬ ਇੱਕ ਨਾਂ ਨੂੰ ਰੱਬ ਇਤਨਾ ਦੇਵੇ ਬਸ ਬਸ ਕਹਿਣ ਬੰਨ ਬੰਦ ਕਰਾਉਂਦੇ ਫਿਰਦੇ ਆ, ਇੱਕ ਨਾਂ ਨੂੰ ਰੱਬ ਕੁਝ ਨਹੀਂ ਦਿੰਦਾ, ਖਾਲੀ ਜਾਨ ਦਾ ਉਸ ਮਾਂ ਬਾਪ ਦਾ ਜੀ ਨਹੀਂ ਚਾਹੁੰਦਾ। ਰੱਬ ਕਿਉਂ ਨਾ ਜ਼ੁਲਮ ਕਰੇ ਕਿ ਉਹ ਬੱਚਾ ਚਾਹੁੰਦੇ ਨਹੀਂ ਮਿਲਿਆ, ਅੱਲਾਹ ਨੇ ਸ਼ੌਕ ਹੀ ਕਿਉਂ ਪੈਦਾ ਕੀਤਾ। ਬਹੁਤ ਤਵੱਜੋ ਤਲਬ ਬਾਤ ਆ ਔਰ ਇਹਦਾ ਜਵਾਬ ਉਹਨਾਂ ਸਾਰੇ ਲੋਕਾਂ ਨੂੰ ਦੇਣਾ ਚਾਹੀਦਾ ਜਿਹੜੇ ਅੱਲਾਹ ਨੂੰ ਮੰਨਦੇ। ਜੇ ਅੱਲਾਹ ਇਹ ਕੰਮ ਕਰ ਨਹੀਂ ਸਕਦਾ ਇਹਨੂੰ ਵਿਚਾਰੇ ਨੇ ਆਪਣੀ ਜੀਵਨ 'ਚ ਪਾਇਆ ਗਿਆ। ਜ਼ੁਇਯਨਾ ਲਿਨਨਾਸ ਹੁਬੁ ਸ਼ਹਾਵਾਤ ਮਿਨਲ ਨਿਸਾਏ ਵਲ ਬਨੀਨਾ ਵਲ ਕਨਾਤੀਲ ਮੁਕੰਤਰ, ਸੋਨੇ ਚਾਂਦੀ ਦਾ ਢੇਰ ਚਾਹੁੰਦਾ, ਮੇਰਾ ਜ਼ਹਬ ਕਰ ਫਿਲਦਾ ਵਲ ਖੈਰ ਮੁਸੱਵਮਾ, ਅਸਬਰ ਹੋ ਗਏ ਉਹਦੇ ਘੋੜੇ ਖੜੇ ਹੋਣ ਬਿਲਕੁਲ ਨਿਸ਼ਾਨ ਦਵਾ ਦੇ ਨਿਕਲੇ ਦੇ ਲਗਾਮਾਂ ਦੇ ਕੇ ਨੌਕਰ ਤਿਆਰ ਹੋਣ ਕੇ ਚੌਰੀ ਸਾਹਿਬ ਚੱਲੇ ਪਰ ਜਲਦੀ ਦੇ ਵਲ ਖੈਰ ਮੁਸੱਵਮਾ ਵਲ ਅਨਾਮ ਵਲ ਹਰ, ਜੋ ਅੱਗਾਂ ਲਾਈਆਂ ਨਾ ਅਨਾਮ ਵੈਸੇ ਚਾਹੁੰਦਾ, ਮੱਝਾਂ ਹੋਣ, ਗਾਈਆਂ ਹੋਣ, ਊਂਠ ਹੋਣ, ਬੱਕਰੀਆਂ ਵਲ ਹਰ ਖੇਤੀਆਂ ਚਾਹੁੰਦਾ। ਇਹ ਹੈ ਕਿ ਨਹੀਂ ਹਰ ਬੰਦੇ ਦੇ ਦਿਲ 'ਚ ਗੱਲ, ਗਰੀਬ ਨੂੰ ਨਹੀਂ ਲੱਭਦਾ ਵੱਖਰੀ ਗੱਲ, ਜੀ ਤਾਂ ਉਹਦਾ ਵੀ ਚਾਹੁੰਦਾ ਅਤੇ ਮੇਰੇ ਕੋਲ ਵੀ ਸਵਾਰੀ ਹੋਵੇ, ਮੇਰੇ ਕੋਲ ਵੀ ਫਰੂਟ ਹੋਣ, ਮੈਂ ਵੀ ਹੋਟਲਾਂ 'ਚ ਖਾਣੇ ਖਾਵਾਂ। ਅੱਲਾਹ ਪਾਕ ਨੇ ਤਾਂ ਇੱਕ ਜਵਾਬ ਦਿੱਤਾ ਵੀ ਇਹ ਅੱਗ ਐਵੇਂ ਹੀ ਕਹਿੰਦੀ, ਬੜੀ ਗਹਿਰੀ ਗੱਲ ਹੈ ਇਹਦੇ 'ਚ, ਮਗਰ ਕਾਸ਼ ਮੈਨੂੰ ਸਮਝ, ਮੈਂ ਕਦੀ ਨਹੀਂ ਕਰ ਸਕਦਾ ਵੀ ਤੇਰੇ ਅੰਦਰ ਇਹ ਚੀਜ਼ਾਂ ਦੀ ਕਾਸ਼ ਪੈਦਾ ਕਰ ਦਿਆਂ, ਇਹਦਾ ਤੈਨੂੰ ਕੋਈ ਹੱਲ ਨਾ ਦਿਆਂ, ਇਹ ਨਾਮਹਦੂਦ ਕਾਸ਼ਾਂ ਜਿਹੜੀਆਂ ਇਹਨਾਂ ਨੂੰ ਪੂਰਾ ਨਾ ਕਰਾਂ, ਇਹ ਤਾਂ ਮੇਰੀ ਰਬੂਬੀਅਤ ਮੇਰੀ ਰਹਿਮਤ ਏ ਸਲਾਮ, ਮੈਂ ਜ਼ਾਲਮ ਹੋਇਆ ਕਦੀ ਨਹੀਂ ਹੋਣਾ। ਬਿਲਕੁਲ ਇਹ ਸ਼ੌਕ ਪੂਰੇ ਕਰਨ ਦਾ ਬੰਦੋਬਸਤ ਹੈ, ਮਗਰ ਉਹਦਾ ਇਹੋ ਹੀ ਹਾਲ ਆ ਵੀ ਜਿਵੇਂ ਜ਼ਿਮੀਂਦਾਰ ਚਾਹੁੰਦਾ ਵੀ ਮੈਂ 6 ਮਹੀਨੇ ਬਾਅਦ ਇੱਕ ਦਾਣੇ ਦਾ ਨਾ 700 ਗੁਣਾ ਲਿਆਵਾਂ ਖੇਤੀ ਵੱਢ ਕੇ, ਮਗਰ ਇੱਕ ਅਰਸਾ ਜਿਹੜਾ ਉਹਨੂੰ ਇੰਤਜ਼ਾਰ ਗੁਜ਼ਾਰਨਾ ਪੈਂਦਾ। ਇਹ ਗੱਲ ਵੱਲ ਧਿਆਨ ਕਰੋ, ਇਹ ਉਹਦਾ ਸ਼ੌਕ ਪੂਰਾ ਹੁੰਦਾ ਮਗਰ ਪਹਿਲਾਂ ਜ਼ਮੀਨ ਨੂੰ ਸਾਫ ਕਰਦਾ, ਉੱਥੇ ਹਲ ਚਲਾਉਂਦਾ, ਕੀਮਾ ਪਾਉਂਦਾ, ਉੱਥੇ ਫਿਰ ਬੀਜ ਪਾਉਂਦਾ, ਪਾਣੀ ਜਾਂਦਾ, ਉਹਦੀ ਹਿਫਾਜ਼ ਕਰਦਾ, ਗੋਡੀਆਂ ਕਰਦਾ, ਫਿਰ ਉਹ ਗੱਲ ਹੋ ਜਾਂਦੀ ਹੈ ਪੂਰੀ। ਵੀ ਜੋ ਚਾਹੁੰਦਾ ਮੇਰੀਆਂ ਕੋਠੀਆਂ ਭਰ ਜਾਣ ਦਾ ਨਾ ਭਰਦੀਆਂ, ਮਗਰ ਇਸ ਅਰਸੇ 'ਚ ਉਹਨੂੰ ਸਬਰ ਕਰਨਾ ਪੈਣਾ, ਅੱਲਾਹ ਉਹਦੀ ਉਹ ਕਾਸ਼ ਪੂਰੀ ਕਰਦਾ ਮਗਰ ਵਕਤ ਦਰਕਾਰ। ਇੱਕ ਪੌਦਾ ਅੱਜ ਕੋਈ ਆਦਮੀ ਲਾਉਂਦਾ ਬੜੀ ਮਿਹਨਤ, 10-10 ਸਾਲ ਬਾਅਦ ਜਾ ਕੇ ਉਹਨੂੰ ਅੰਬ ਲੱਗਦੀ, ਤੂੰ ਇਹ ਕਵੇ ਕਿ ਹੁਣੇ ਕਿਉਂ ਨਹੀਂ ਹੋਇਆ, ਹੁਣ ਨਹੀਂ ਹੋਣ, ਇਹ ਤਦਰੀਜ ਦਾ ਕਾਨੂੰਨ ਜਿਹੜਾ ਨੂੰ ਸਮਝ ਲਓ ਕਿ ਆਹਿਸਤਾ ਬਿਲਕੁਲ ਹੌਲੀ ਹੌਲੀ ਉਹ ਕੰਮ ਹੋਣਾ, ਹੋਣਾ ਜ਼ਰੂਰ ਹੈ, ਇਹ ਕਦੀ ਵੀ ਨਹੀਂ ਹੋ ਸਕਦਾ ਅੱਲਾ ਨਾ ਕਰੇ ਹੋਣਾ, ਮਗਰ ਇਹਦੇ ਲਈ ਅਰਸਾ ਦਰਕਾਰ, ਵਕਤ ਚਾਹੀਦਾ। ਉਹ ਵਕਤ ਕੀ ਹੈ? ਆਖਰਤ। ਅਗਰ ਕੋਈ ਸ਼ਖਸ ਆਖਰਤ ਨੂੰ ਨਹੀਂ ਮੰਨਦਾ, ਮਰਨ ਤੋਂ ਬਾਅਦ ਦਾ ਮੁਨਕਰ ਹੈ ਕਿ ਦੂਜੇ ਪਾਸੇ ਉਹ ਖੁਦਾ ਨੂੰ ਮੰਨਦਾ ਹੋਵੇ, ਉਸ ਉਹਦੇ ਕੋਲ ਇਸ ਗੱਲ ਦਾ ਜਵਾਬ ਹੀ ਕੋਈ ਨਹੀਂ ਵੀ ਰੱਬ ਨੇ ਇੰਨੇ ਸ਼ੌਕ ਪੈਦਾ ਕਰ ਦਿੱਤੇ ਜੋ ਪੂਰੇ ਨਹੀਂ ਕਰ ਸਕਦਾ, ਕਿਉਂ ਪੈਦਾ ਨਹੀਂ ਪੂਰੇ ਹੋਣ? ਇਸ ਤੋਂ ਪੁਰਾਣੇ ਮਜੀਦ ਜਗ੍ਹਾ ਜਗ੍ਹਾ ਇਹ ਦੱਸਦੀ ਹੈ, ਜੇ ਚੇਤ ਟੁਕੜਾ ਮੈਂ ਪੜ੍ਹਿਆ ਫੀ ਮਸ਼ਤ ਹੱਕਾਂ ਕੋ ਸੋਮ ਖਾਲਿਦ, ਇਹ ਸੂਰਾ ਅੰਬੀਆ ਦੀ, ਉਹ ਸੂਰਾ ਹਾਮੀਨ ਸਜਦਾ ਵੀ ਪੜ੍ਹੀ, ਇਹ ਅੱਲਾਹ ਪਾਕ ਨੇ ਸੂਰਾ ਅੰਬੀਆ ਚ ਵਹੁਮ ਫੀ ਮਸ਼ਤ ਹੱਕਾਂ ਕੋ ਸੋਮ ਖਾਲਿਦ, ਇੱਥੇ ਵੀ ਉਹ ਸ਼ਹਿਬਤ 'ਚੋਂ ਇਸ਼ਤਿਹਾ ਕਿ ਜਿਹੜੀ ਜਿਹੜੀ ਚੀਜ਼ ਚਾਹੁੰਦੇ ਨਾ, ਜਿੰਨੀ ਚਾਹੁੰਦੀ ਸਭ ਦੇ
شوق پورے کر دوں گا. میں رکھے اس طرح کہ تمہیں پتا لگ جائے بیٹھے میں پورے کرنا بھی چاہوں کہ پورے نہیں ہو رہے. خود سوچو پھر موت سسٹم رب نے رکھا یا تو پھر ہمیشہ کی زندگی دے نا. تو جی موت آ رہی ہے کتنا رب شوق پورے کرے. اجے شوق پورا ہی ہونے لگا موت آ رہی. یہ شداد کے بارے مشہور ہے گل صحیح گل میں چھڈو سمجھ نہیں کر کہ شداد کے بارے مفسرین لکھتے ہیں کہ قوم عاد کا سردار سی. وہ دل چاہیا بھی لوگ دستے جنت ہے میں نہ ایک جنت بنا سونے چاندی دی اٹا لا کے بالکل عمارتاں تیار کیتیاں باغات لگائے سارے نہراں جاری کیتیاں سب کچھ جیسے تیار ہو گیا گھوڑے سے سوار ہو کے نکلیا لاہور لشکر لے کے چلیے ہوں اپنی جنت کی سیر کریے. ادھا اندر سی گھوڑا ادھا باہر سی ملک الموت جان قبض ہو گئی شوق وچے رہ گئی. پہلا بڑھاپا بڑی مصیبت ہے اور شوق پورے کرنے اپنی بس ہوئی شوق کرنا پورا کر گوا سے مزمن ہو مرزا گار جا کے جوڑ سے جواب دے گئے ہم کرنا کرونا کی یعنی خاصا اللہ پیدا کر کے تیار کی جلا کہ جے دنیا نہ ملے جتھے شوق پورے ہونے تو نہ میں رب رہنا تو نہ تیری اس گل کا کوئی جواب ہی ہے میرے چلا نے کیوں پیدا کیا. آخر تھا لیا کہ جتھے پھر ہمیشہ دی زندگی. رسول کریم علیہ الصلوۃ والسلام نے فرمایا کہ جنت داخلے تو بعد جہنم جان تو بعد اللہ تعالیٰ نے موت نو مینے کی شکل یہ چھترا بنیا ہونا ہے موت لیا ہونا ایک بلندی سے کھڑا کر جنتی ویخ رہے ہونے دوسری ذبح کر دیتا اور انہوں نے کہہ دینا جانا خلود اللہ موت تسی ہونا ہمیشہ رہو گے مرنا اس دن جنتیاں دی جیت ہوگی. پہلے کوئی ڈر ہے مر گیا یار پیچھے نہ سارا کوئی رہ جائے نہیں فرمایا بالکل پھر ڈانس کریں گے تو نچن گے بے جڑا خطرہ سی نہ مرنا دئیے تو لذتا بیچنا مکا سکتا کہ دوست کی پٹنا شروع کر دیں گی بے جے اگے تھوڑی بہت آسی شاید کبھی موت آوے جان چھڑ دے وہ بھی کسا ہو. تو اس دنیا کے اندر بیماریاں بڑھاپا کسی پاسے موت یہ سارا کچھ اللہ پاک بل فرض دے بھی دے تو نال نہیں کر سکتا. یہ چیزاں جڑی اس دنیا سے انہوں نے ساتھ چھڑنا وہ بندے کا شوق جانا یہ ساری چیزاں مل تو ہمیشہ بھی مل سارے جینا پیا ہمیشہ رونا لا یبغون عوضا اللہ پاک رونا ایسی مزیدار زندگی ہونی ہے تیری من پسند جدو جو چاہنا لبدا جانا تو اتوں نکلنا سوچنا نہیں کدی نہیں تھی خاص کرو گے اس جانے تو ہم چلے چلیے یار اکنا کی ہے پیا ما تشتہی الانفس اتنے ہر وہ شاید ملنی ہے جنہوں تا جیت جائے اور جنہوں ویک کے تھوڑی اکھان ٹھنڈیاں آن دے دینا. یہ گل میری جی آخرت کے بارے ایک دلیل کے طور سمجھو کہ انسان کے اندر خواہشات کا راہ محدود ہونا اور اس دنیا کا فانی ہونا رہے دے سارے وسائل ایک بندے نے دیتے جان محدود ہے وہ چاہتا انگنت 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 اتنے ہے یہ محدود ہے دنیا اور اس پر سارے پڑھے لکھے جان دے علم اکنامکس جڑا سادی ہے وہ سارا یہ انسان کی خواہشات لا محدود ہے اور وسائل محدود ہے حل کی کیتا ہے اقتصاد تے کچھ خواہشاں جڑیاں نو ختم کرو تھوڑیاں پوریاں شوق نہیں پورا. اللہ نے کہا نہیں میں تیرے پیدا کی میں کوئی بے وقوف ہے کوئی ظالم ہے میں تب کیتیاں تے تو اس فانی دنیا دے اندر بالکل جیسے کھیتی بو کے انتظار کرنا پکن لی اتنے کچھ بیج کے اگے وڈن کی تیاری کر شوق پورے ہو جائے تو فکر نہ کر ہر وہ شہ چاہوں گا. کئی بڑی لوگوں نے سوال کیتا کہ اللہ دے رسول علیہ السلام جڑے بے اولاد مرے سن لو کوئی شوق نہیں ایسا جڑا پورا نہ ہوئے. اللہ دے رسول علیہ السلام فرمایا جڑے بے اولاد مرتے ہیں مگر اولاد چاہتے رب انہوں نے بھی اتنے بیٹے دے انہوں نے اکھا ٹھنڈیاں کرو گا. یہ کبھی بھی نہیں ہو سکتا بے آپ شوق پیدا کر رہے تو پھر محروم رکھے خدا نہ ہاں پھر سمندر سے ملے پیاسے کچھ ابنم بخیلی ہے یا رزاقی نے اے کہ نہیں خدائی ہے سمندر کے کنارے کھڑا تھا جا تریل چکلا اب پڑے سمندر کدی نہیں مگر اس دنیا جی کا کوئی امکان نہیں کوئی صورت نہیں کوئی حل کر کے دسو گے اتنے کتنا مل سک ساری تھی پانی تھی بیماریاں موت بھی یہ نہیں وہ زندگی چاہیے جی شروع ہوے نہ ہو. اللہ پاک نے یہ آیتیں جڑی میں تھوڑے سامنے پڑھیاں یہ اندر یہ تسلی دیتی بے فکر نہ کرو ایک وقت آن والا جب بالکل تے شوق میں کر دوں گا پورے گلا کوئی نہ رہے گا جو چاہو گے ملو گا
ਮਗਰ ਜਿਵੇਂ ਫਲ ਦੀ ਮੈਂ ਮਿਸਾਲ ਦਿੱਤੀ, ਬੂਟਾ ਲਾ ਕੇ ਕੁਛ ਸਾਲ ਉਡੀਕਣਾ ਪੈਂਦਾ, ਮਿਹਨਤ ਕਰੋ। ਆਹ ਦੁਨੀਆ ਮਦਰਤ ਆਖਰਾ, ਇਹ ਦੁਨੀਆ ਦੀ ਆਖਰਤ ਦੀ ਖੇਤੀ, ਇੱਥੇ ਬੀਜੋ ਉੱਥੇ ਜਾ ਕੇ ਵੱਧ। ਇਸ ਤੋਂ ਹੀ ਬੁਖਾਰੀ ਸ਼ਰੀਫ ਹਜ਼ਰਤ ਅਲੀ ਅਲੈਹਿਸ ਸਲਾਮ ਨੇ ਉਹਨਾਂ ਫਰਮਾਇਆ, ਇਹ ਦੁਨੀਆ ਅਮਨ ਦੀ ਜਗ੍ਹਾ, ਇਨਾਮ ਦੀ ਜਗ੍ਹਾ, ਇੱਥੇ ਬਦਲੇ ਨਹੀਂ ਮਿਲ ਰਿਹਾ ਕੰਮ ਦਾ ਵੇੜਾ, ਇੱਥੇ ਮਜ਼ਦੂਰੀ ਕਰੋ, ਅੱਗੇ ਜਾ ਕੇ ਮਜ਼ਦੂਰੀ ਲੈ ਲਿਓ। ਔਰ ਉਹ ਜਜ਼ਾ ਦੀ ਜਗ੍ਹਾ, ਉੱਥੇ ਅਮਨ ਨਹੀਂ, ਉੱਥੇ ਫਿਰ ਕੰਮ ਨਹੀਂ ਕਰਨਾ, ਮਜ਼ੇ ਹੀ ਕਰਨਾ ਅਤੇ ਮੌਜ ਨਾਲ ਰਹਿਣਾ, ਮਗਰ ਪਹਿਲਾਂ ਕੁਛ ਕਰੋ, ਕਰਨਾ ਪੈਣਾ ਦਿਨ ਰਾਤ ਵਜੋ ਕਰਕੇ ਅੱਲਾਹ ਤਾਲਾ ਦੀ ਮਰਜ਼ੀ ਦੇ ਮੁਤਾਬਕ ਕਰੋ। ਇਨ ਲਵੀਨ ਕਾਲੂ ਰੱਬੋ ਅੱਲਾਹ ਸੁਮਸਤਕਾਮ, ਐ ਚੋਰ ਦੀਨ ਦਾ ਰਸਤਾ ਕਿ ਜਿਹਨਾਂ ਲੋਕਾਂ ਨੇ ਕਿਹਾ ਕਿ ਸਾਡਾ ਰੱਬ ਅੱਲਾ, ਇਹ ਖੁਲਾਸਾ ਦੀਨ ਦਾ, ਵੀ ਦੀਨ ਕੀ ਹੈ, ਮੰਨ ਲੈਣਾ ਕਿ ਸਾਡਾ ਮਾਲਕ ਅੱਲਾ, ਮਾਲਕ ਮੰਨ ਕੇ ਫਿਰ ਆਪਣੀਆਂ ਮਰਜ਼ੀਆਂ ਕਰੀ ਕਦੀ ਨਹੀਂ ਹੋ ਸਕਦੀ। ਜਦੋਂ ਮਾਲਕ ਮੰਨਿਆ, ਤੁਸੀਂ ਆਪਣੇ ਆਪ ਨੂੰ ਉਹਦੇ ਗੁਲਾਮ ਔਰ ਉਹਦੀ ਰਈਅਤ ਮੰਨਿਆ, ਹੁਣ ਬਾਦਸ਼ਾਹ ਜਿਵੇਂ ਕਹੂਗਾ ਕਰਨਾ, ਕਰੋਗੇ ਆਪਣੀਆਂ ਮਰਜ਼ੀਆਂ, ਫਿਰ ਤੁਹਾਡੇ ਵਾਸਤੇ ਜ਼ਹਿਰ ਖਾਣਾ, ਐਸੀ ਸਜ਼ਾ ਹੈ ਜਿੱਥੇ ਸਿਵਾਏ ਚੀਖਣ 'ਤੇ ਲਾਉਣ ਦੇ ਕੋਈ ਨਹੀਂ, ਜਾਨ ਨਹੀਂ ਛੁੱਟਣੀ, ਫਿਰ ਉਹ ਤਿਆਰ। ਅਤੇ ਜੇ ਮੰਨ ਲਓਗੇ ਕਿ ਸਾਡਾ ਰੱਬ ਅੱਲਾ, ਬਿਲਕੁਲ ਅਸੀਂ ਕਿਸੇ ਨੂੰ ਰੱਬ ਨਹੀਂ ਮੰਨਦੇ, ਰੱਬ ਜ਼ਬਾਨੋਂ ਨਹੀਂ ਆਖੀਦਾ, ਕਈ ਆਉਂਦੇ ਜੀ ਰੱਬ ਕੌਣ ਦਾ ਲਫ਼ਜ਼, ਸਾਰੇ ਕਹਿੰਦੇ ਰੱਬ ਸਿਰਫ ਅਰਬੀ ਦਾ ਲਫ਼ਜ਼, ਜੇ ਕੋਈ ਬਜਦੇ ਇੱਕ ਆਉਂਦਾ ਮੇਰੀ ਮਾਂ ਦਾ ਖਸਮ ਹੈ ਬਾਪ ਨਹੀਂ, ਕੋਈ ਗੱਲ ਹੈ ਕਰ, ਗੱਲ ਇੱਕੋ ਹੀ। ਪਰ ਜਦੋਂ ਕੰਮ ਜਿਹੜੇ ਮਾਲਕ ਦੇ ਆ, ਕੋਈ ਬੀਵੀ ਦੀ ਮੰਨ ਰਿਹਾ, ਕੋਈ ਮਾਸ਼ਰੇ ਦੀ ਮੰਨ ਰਿਹਾ, ਕੋਈ ਹਕੂਮਤਾਂ ਦੀ ਮੰਨ ਰਿਹਾ, ਇਹ ਸਾਰੇ ਉਹਨਾਂ ਦੇ ਹੱਕ, ਇਹ ਇਹਨਾਂ ਦੇ ਗੁਲਾਮ ਆ। ਜੇ ਸਾਖਿਆ ਨਹੀਂ ਮਾਲਕ ਇੱਕ ਆ, ਅਸੀਂ ਉਹਦੇ ਤੋਂ ਸਵਾ ਸਾਰਿਆਂ ਦੇ ਜਿਹੜੇ ਇਤਾਰ ਦੇ ਜੂਏ ਉਤਾਰ ਕੇ ਫੈਂਕ ਦਿੱਤੇ, ਕਿਸੇ ਦੀ ਨਹੀਂ ਮੰਨਣੀ, ਰੱਬ ਦੀ ਮੰਨਣੀ ਹੈ। ਅਤੇ ਫਿਰ ਹੋ ਗਏ ਸੁਮਸਤਕਾਮੂ, ਨਿਰਾਏ ਕਿਆ ਨਹੀਂ ਜਮੇ ਰਹਿ, ਫਿਰ ਮਰਨ ਤੱਕ ਇੱਕ ਅੱਧੇ ਦਿਨ ਦੀ ਖੇਲ ਨਹੀਂ, ਦੋ ਚਾਰ ਦਿਨ ਦੀ ਕਹਾਣੀ ਨਹੀਂ, ਜਦੋਂ ਤੋਂ ਹੋਸ਼ ਸੰਭਾਲਿਆ ਔਰ ਕਹਿਤਾ ਮੁੜ ਕੇ ਆਪਣੀ ਬਾਗਡੋਰ ਰੱਬ ਦੇ ਹਵਾਲੇ ਕਰੇ, ਸੁਮਸਤਕਾਮੂ ਜਮੇ ਰਹਿ। ਅੱਲਾਹ ਦੇ ਨੇਕ ਬੰਦੇ ਰੌਲੀਆ ਜਿਹੜੇ ਉਹਨਾਂ ਨੇ ਆਖਿਆ, ਜਿਹੜਾ ਆਉਂਦਾ ਸਾਨੂੰ ਆ ਕੇ ਆਉਂਦਾ ਕਰਾਮਤ ਰਵਾਉਂਦਾ, ਕਰਾਮਤਾਂ ਲੱਭੇ ਫਿਰ ਹਵਾਵਾਂ ਚੁੜੀਏ ਜਾਂ ਪਾਣੀਆਂ ਦੇ ਚਲੇ, ਬੇਵਕੂਫਾਂ ਦੇ ਇਸਤਕਾਮਤ ਤੋਂ ਫੋਕਲ ਕਰਾਮਾ, ਕਰਾਮਤ ਕੋਈ ਸ਼ਾ ਨਹੀਂ। ਅੱਲਾਹ ਪਾਕ ਜਾਦੂਗਰਾਂ ਜਿਹੜੇ ਜੋਗੀ ਹੈ ਉਹਨਾਂ ਨੂੰ ਵੀ ਉਹਨਾਂ ਦੀ ਮਿਹਨਤ ਦੇ ਸਿਲੇ ਜੇਲਦਾ, ਲੋਕਾਂ ਨੇ ਉਹਨਾਂ ਨੂੰ ਉੱਠਦਿਆਂ ਵੇਖਿਆ, ਕੁਛ ਨਹੀਂ ਹੈ, ਇਸਤਦਰਾਕ ਹੈ ਉਹਨਾਂ ਦੀ ਹਲਾਕ ਦਾ ਸਮਾਨ ਹੈ। ਇਸਤਕਾਮਤ ਕਰਾਮਤ ਤੋਂ ਅੱਗੇ ਜਮੇ ਰਹਿਣਾ ਦੀਨ 'ਤੇ, ਕਿ ਨਾ ਲਾਲਚ ਤੱਕ ਮੰਗਾ ਸਕੇ, ਨਾ ਖੌਫ ਹਲਾ ਸਕੇ, ਭਾਵੇਂ ਖਤਰੇ ਆਉਣ ਅਤੇ ਭਾਵੇਂ ਖੌਫ ਲਾਲਚ ਆਉਣ, ਮੁਵਾਹਿਦ ਕਿ ਬਰ ਪਾਏ ਰੇ ਦੀ ਦਰਸ ਸਾਦੀ ਰਹਿਮਤ ਵਾਲੇ ਫਰਮਾਉਂਦੇ ਆ, ਉਹ ਅੱਲਾਹ ਨੂੰ ਕਹਿਣ ਵਾਲਾ ਕਿ ਮੇਰਾ ਰੱਬ ਅੱਲਾ, ਉਹ ਕੌਣ ਆ, ਮੁਵਾਹਿਦ ਕਿ ਬਰ ਪਾਏ ਰੇ ਦੀ ਦਰਸ ਤੌਹੀਦ ਬਣਨ ਵਾਲਾ ਲਾ ਅੱਲਾਹ, ਕਿ ਜੇ ਉਹਦੇ ਕਦਮਾਂ 'ਚ ਤੂੰ ਸੋਨੇ ਦਾ ਢੇਰ ਵੀ ਲਾ ਲੈ, ਕਿਫਾ ਲਾ ਦੇ ਹਿੰਦੀ ਨਹੀਂ ਬਰਸਰ, ਅਤੇ ਹਿੰਦੁਸਤਾਨ ਦੀ ਬਣੀ ਤੇਜ਼ ਤਲਵਾਰ ਜਿਹੜੀ ਕੱਢ ਦਿੰਦੀ ਉਹ ਵੀ ਉਹਦੇ ਸਿਰ 'ਤੇ ਰੱਖਣੇ, ਨਾ ਖੌਫ ਹੋ ਹਰਾਸ ਨਬਾਸ, ਨਾ ਖੌਫ ਹੋ ਨੀਦਸ਼, ਨਾ ਬਾਸ ਦਿੱਕਤ, ਨਾ ਉਹਨੂੰ ਕਿਸੇ ਦਾ ਡਰ ਹੋਵੇ, ਨਾ ਉਸ ਤਮਨ ਨਾਲੋਂ ਦੀਨ ਤੁਹਾਡੇ ਹਮੀ ਇਸ ਬੁਨਿਆਦ ਤੌਹੀਦ ਹੋ, ਬਸ ਇਹੋ ਤੌਹੀਦ ਹੈ, ਹੋਰ ਕੁਛ ਨਹੀਂ। ਜ਼ਬਾਨੋਂ ਲਾਲਾ ਪੜ੍ਹੀ ਜਾਓ ਕੋਈ ਨਹੀਂ, ਅਰਲਾ ਪੜਾਉਂਦਾ ਜਿਹੜੇ ਕਰ ਦਿੰਦੇ ਤਾਂ ਤਨਾ ਸਰ ਮਲਾ, ਉਹਨਾਂ 'ਤੇ ਫਿਰ ਫਰਿਸ਼ਤੇ ਉੱਤਰਨਗੇ ਕਿਆਮਤ ਦੇ ਦਿਨ, ਹਿਸਾਬ ਤੋਂ ਪਹਿਲਾਂ ਹੀ ਅਦਾਲਤ ਹੋਊਗੀ, ਦੁਨੀਆ ਖੜੀ ਹੋਊਗੀ, ਆ ਜਾਣਗੇ ਫਰਿਸ਼ਤੇ, ਐਸ ਜਨਤੀ ਕੋ ਵੀ ਖੜੇ, ਐਸ ਕੋ ਵੀ ਕਹਿਣਗੇ ਅੱਲਾ ਤਖਾਫੂ ਵਲਾ ਤਹਜ਼ਨੂ, ਨਾ ਹੁਣ ਗਾਂ ਦਾ ਕੋਈ ਡਰ ਰਿਹਾ, ਕਿਸੇ ਕਿਸਮ ਦਾ ਪਛਤਾਵਾ ਹੀ ਰਹਿ ਗਿਆ। ਖੌਫ ਹੁਜ਼ਨ ਦੋ ਸ਼ਾਂ, ਆਉਣ ਦਾ ਡਰ, ਮੁਸਤਕਬਲ ਦਾ ਖੌਫ, ਗਾਂ ਦਾ ਕੋਈ ਡਰ ਹੋਵੇ, ਫਰਮਾਇਆ ਨਹੀਂ, ਸਾਰੇ ਖਤਰੇ ਮੁਕਾਤੇ, ਅਤੇ ਪਿਛਲਾ ਕੋਈ ਪਛਤਾਵਾ, ਇੰਨੀਆਂ ਨੇਕੀਆਂ ਕੀਤੀਆਂ ਲੱਭਾ ਕੋਈ ਨਹੀਂ, ਫਰਮਾਇਆ ਨਹੀਂ, ਉਹ ਵੀ ਗਮ ਪਰੇਸ਼ਾਨੀਆਂ ਕੋਈ ਨਹੀਂ। ਰਾਬ ਸ਼ੇਰੂ ਬਿਲ ਜੰਨਤ ਲਤੀ ਕੁੰਤੁਮ ਤੂ ਅਦੋਨ, ਜੰਨਤ ਜੇ ਗਏ ਨੇ ਮੁਬਾਰਕਾਂ, ਫਰਿਸ਼ਤੇ ਆ ਰਹੇ ਆ ਕਿ ਖੁਸ਼ਖਬਰੀ ਕਬੂਲ ਕਰੋ ਉਸ ਜੰਨਤ ਦੀ, ਜਿਹਦੇ ਵਾਅਦੇ ਤੁਹਾਡੇ ਨਾਲ ਅੱਲਾਹ ਦੇ ਨਬੀ ਰਸੂਲ ਕਰਦੇ ਰਹੇ, ਜਿਹੜੀਆਂ ਤੁਹਾਨੂੰ ਇਤਲਾਹ ਦਿੰਦੇ ਸੀ ਨਾ, ਜੇ ਤੁਸੀਂ ਮੰਨੀਆਂ ਉਹ ਗੱਲਾਂ 'ਤੇ ਰਹਿ ਪੱਕੇ, ਲਓ ਮੁਬਾਰਕ ਕਬੂਲ ਕਰੋ, ਜੰਨਤ ਖੜੀ ਜੇ ਦੇ ਦਰਵਾਜ਼ੇ ਖੁੱਲ੍ਹੇ ਆ, ਬਸ ਘੜੀ ਦੀ ਗੱਲ ਹੈ, ਹੁਣ ਤੁਸੀਂ ਉਹਦੇ ਜਾਣ ਵਾਲੇ। ਨਹਨ ਔਲੀਆ ਹੁਕਮ ਫਿਲ ਹਯਾਤ ਦੁਨੀਆ ਵ ਫਿਲ ਆਖਰਾ, ਅਸੀਂ ਦੁਨੀਆ ਦੀ ਜ਼ਿੰਦਗੀ 'ਚ ਵੀ ਤੁਹਾਡੇ ਮਦਦਗਾਰ ਅਤੇ ਸਾਥੀ ਰਹਿ, ਅਤੇ ਆਖਰਤ ਵੀ ਸਾਡਾ ਤੁਹਾਡਾ ਸਾਥ ਹੈ। ਪਿਛਲੀਆਂ ਆਇਤਾਂ 'ਚ ਅੱਲਾਹ ਪਾਕ ਨੇ ਆਖਿਆ, ਜਿਹੜੇ ਬੇਈਮਾਨ ਲੋਕ ਆ, ਜਿਹੜੇ ਸ਼ੈਤਾਨ ਨੂੰ ਆਪਣੀ ਬਾਗਡੋਰ ਫੜਾ ਸਾਥੀ, ਉਹਨਾਂ ਦੇ ਵੀ ਮਗਰ ਸ਼ੈਤਾਨ, ਹਰ ਵੇਲੇ ਸ਼ੈਤਾਨ ਉਹਦੀ ਨਕੇਲ ਫੜੀ ਹੈ, ਉਹਨਾਂ ਨੂੰ ਬਦਮਾਸ਼ੀ 'ਚ ਗਾਂ ਤੋਂ ਗਾਂ ਖਿੱਚੀ ਜਾਂਦਾ, ਹਟਣ ਨਹੀਂ ਦਿੰਦਾ ਪਈ, ਹੈਂ ਉਹਨਾਂ ਨੂੰ ਸਮਝਾਈ ਜਾਂਦਾ, ਬੜਾ ਮਜ਼ਾ ਲੁੱਥਿਆ, ਉਹ ਕਰੀਨ ਉਹਨਾਂ ਦਾ ਸ਼ੈਤਾਨ ਆ, ਅਤੇ ਅਨੇਕ ਲੋਕਾਂ ਦੇ ਸਾਥੀ ਫਰਿਸ਼ਤੇ।
ਉਹਦੇ ਦਿਲ 'ਚ ਵੀ ਹੜਵੇ ਨੇਕ ਗੱਲਾਂ ਪਾਉਂਦੇ ਆ ਅਤੇ ਮੁਸ਼ਕਿਲ ਵਕਤ ਆ ਜਾਏ ਤਾਂ ਉਹਦੇ ਦਿਲ ਨੂੰ ਸਹਾਰਾ ਦਿੰਦੇ। ਸੂਰਾ ਅਨਫਾਲ ਜਲਾ ਫਰਮਾਇਆ ਔਰ ਜਾਓ ਫਰਿਸ਼ਤਿਓ ਉੱਧਰ ਹਜ਼ਾਰ ਕਾਫਰ ਆ ਗਿਆ ਅਤੇ ਮੁਸਲਮਾਨ ਆ ਸਾਰਾ 313 ਇਹਨਾਂ ਮੁਸਲਮਾਨਾਂ ਦੇ ਦਿਲਾਂ ਨੂੰ ਕਾਇਮ ਕਰ ਦਿਓ, ਇਹਨਾਂ ਦੇ ਅੰਦਰ ਹੌਸਲਾ ਪੈਦਾ ਕਰੋ, ਇਹਨਾਂ ਦੇ ਦਿਲਾਂ ਨੂੰ ਤਸੱਲੀਆਂ ਦਿਓ। ਫਰਮਾਇਆ ਅਸੀਂ ਦੁਨੀਆ 'ਚ ਵੀ ਤੁਹਾਡੇ ਸਾਥੀ ਸੀ। ਲੋਕ ਕਹਿੰਦੇ ਪੁਰਾਣੀਆਂ ਗੱਲਾਂ, ਇਹ ਹੁਣ ਇਹਨਾਂ ਦਿਨਾਂ 'ਚ ਤੁਸੀਂ ਕਾਲਮ ਪੜ੍ਹੋ, ਭਾਵੇਂ ਕੋਈ ਸ਼ੀਆ ਅਤੇ ਭਾਵੇਂ ਸੁਨੀ ਅਤੇ ਭਾਵੇਂ ਬਰੇਲਵੀ ਅਤੇ ਭਾਵੇਂ ਦਿਓ, ਸਾਰੀ ਦੁਨੀਆ ਕਹਿੰਦੀ ਯਾਰ ਕਾਲਕ ਧੋ ਦਿੱਤੀ ਹਿਜ਼ਬੁੱਲਾ ਨੇ, ਹੈਂ ਮੁਸਲਮਾਨਾਂ ਦੇ ਮੂੰਹ ਤੋਂ ਸਿਆਹੀ ਧੋਤੀ, ਇਹ ਹੁਕਮਰਾਨ ਨਾ ਮੁਰਾਦ ਤੇ ਸਜਦੇ 'ਚ ਪਾਇਆ, ਇਹ ਹੜਵੇ ਅਮਰੀਕਾ ਦੀ ਸਾਡੀ ਜਾਨ ਛੱਡੋ, ਸਾਰੇ ਵਸਾਇਰ ਉਹਦੇ ਕਦਮਾਂ 'ਚ ਰੱਖਦੇ, ਮਿੰਨਤਾਂ ਤੁਰ ਲਏ, ਹੈਂ ਥੋੜ੍ਹੇ ਜਿਹੇ ਹਜ਼ਾਰਾਂ ਬੰਦੇ ਆ ਸਿਰਫ, ਨਾ ਕੋਈ ਹਕੂਮਤ ਨਾ ਸੀ, ਉਸ ਲਬਨਾਨ ਦੀ ਫੌਜ ਵੀ ਨਹੀਂ ਸਾਥ ਦਿੱਤਾ, ਨੱਕ ਚਨੇ 'ਚ ਬਾਤ ਹੈ। ਹੁਣ ਕੁੱਤੇ ਵਾਂਗੂ ਆਪਣੇ ਨਾ ਜ਼ਖਮ ਚੱਟਣ ਦਿਆ ਅਮਰੀਕਾ ਵਿੱਚ, ਕੀ ਬਣਿਆ ਯਾਰ ਸਾਡੇ ਨਾਲ, ਹੈਂ ਉੱਥੇ ਮੁਤਾਲਬੇ ਹੋ ਰਿਹਾ ਵੀ ਮੁਸਤਾਫੀ ਹੋ ਜਾਓ ਸਾਰੇ ਜਰਨੈਲ, ਸਾਡੀ ਜੇ ਤੁਮ ਸੀ ਦੁਨੀਆ ਵਿੱਚ ਅਸੀਂ ਮੂੰਹ ਕਰਦੇ, ਕੋਈ ਖੜਾ ਨਹੀਂ ਹੋ ਸਕਦਾ। ਅੱਲਾਹ ਆਂਗਾ ਜਿਹੜੇ ਅੱਲਾਹ ਦੇ ਬੰਦੇ ਨੇ, ਫਿਰ ਅੱਲਾਹ ਦੇ ਫਰਿਸ਼ਤੇ ਉਹਨਾਂ ਦੇ ਦਿਲਾਂ ਨੂੰ ਸਾਬਤ ਕਰਨ ਰੱਖਦੇ, ਡੋਲਦੇ ਨਹੀਂ। ਬੜਾ ਲੋਕਾਂ ਨੇ ਚਾਹਿਆ ਵੀ ਉੱਥੇ ਕੋਈ ਹੋਇਆ ਨਾ ਕਿਸੇ ਦਾ ਮਕਾਨ ਗਿਰ ਗਿਆ ਜੀ, ਦੂਜੇ ਉਹ ਔਰਤਾਂ ਅਤੇ ਬੱਚੇ ਖੜੇ ਉਹਨਾਂ ਅੱਗੇ, ਸਾਨੂੰ ਫਿਕਰ ਹੀ ਨਹੀਂ। ਜਦੋਂ ਦੀ ਹਿਜ਼ਬੁੱਲਾ ਬਣੀ ਉਹਨਾਂ ਨੇ ਆਪਣੀ ਦੋ ਸ਼ਾਖਾਂ ਬਣਾਈਆਂ, ਇੱਕ ਸਾਡੇ ਮਕਾਨ ਬਣਾਉਂਦੇ ਆ, ਇੱਕ ਹਸਪਤਾਲ ਖੋਲ੍ਹੇ, ਇੱਕ ਮਦਰਸੇ ਖੋਲ੍ਹੇ ਆ, ਰਫਾਏ ਆਮ ਆ, ਔਰ ਦੂਜੇ ਪਾਸੇ ਉਹ ਜੰਗ ਦੀ ਤਿਆਰੀ ਕਰਦੇ ਆ, ਇਸ ਤੋਂ ਸਾਡੇ ਮਕਾਨਾਂ ਨੇ ਬਣਾ ਦੇਣੇ। ਔਰ ਉਸੇ ਵੇਲੇ ਉਹਨਾਂ ਨੇ ਐਲਾਨ ਕਰਤਾ ਕਿ ਇੰਨਾ ਅਰਬਾਂ ਰੁਪਈਆ ਇਹਨਾਂ ਮਕਾਨਾਂ 'ਤੇ ਲਾ ਦੇਣਾ, ਉਹਨਾਂ ਦੇ ਕਾਰਕੁਨ ਲੱਗ ਗਏ। ਗੱਲ ਤਾਂ ਸਿਰਫ ਇਹ ਆ ਵੀ ਕੋਈ ਅੱਲਾਹ ਦਾ ਆਵੇ, ਕੋਈ ਹੌਸਲਾ ਕਰੇ, ਅੱਲਾਹ ਤਾਲਾ ਨਾ ਮੇਰੇ ਫਰਿਸ਼ਤੇ ਕੋਈ ਰਿਟਾਇਰ ਹੋਊਗਾ, ਠੱਗ ਹੈ। ਜਿਹੜੇ ਬਦਰ 'ਚ ਆਏ ਸੀ, ਫਜ਼ਾਏ ਬਦਰ ਪੈਦਾ ਕਰ ਫਰਿਸ਼ਤੇ ਤੇਰੀ ਨੁਸਰਤ ਕੋ, ਉਤਰ ਸਕਤੇ ਹੈ ਗਰਦੂ ਸੇ ਕਿਤਾਰ ਅੰਦਰ ਕਿਤਾਰ ਅੱਬੀ, ਹੁਣ ਵੀ ਅੱਲਾਹ ਦੇ ਫਰਿਸ਼ਤੇ ਸਾਥੀ ਹੈ। ਇਹੋ ਗੱਲ ਮੈਦਾਨ ਹੈ ਹਸ਼ਰ 'ਚ ਕਹਿਣਗੇ ਕਿ ਅਸੀਂ ਦੁਨੀਆ ਦੀ ਜ਼ਿੰਦਗੀ 'ਚ ਵੀ ਤੁਹਾਡੇ ਸਾਥ ਹੈ, ਦੁੱਖ ਪਰੇਸ਼ਾਨੀਆਂ ਆਉਂਦੀਆਂ, ਮਗਰ ਜਿਹੜਾ ਅੱਲਾਹ ਨਾਲ ਜੁੜਿਆ ਰਹਿ ਉਹਦੇ ਦਿਲ ਨੂੰ ਅੱਲਾਹ ਸਕੂਨ ਦਿੰਦਾ, ਬੜੀ ਠੰਡ ਪਾਉਂਦਾ, ਅਮਰ ਮੈਂ ਰਹਿੰਦਾ। ਬਾਕੀ ਜਿਹਨਾਂ ਨੇ ਚਾਰਾ ਕੀਤਾ ਨਾ ਬੇਟੀ ਨਾਂ ਨੇ ਕਲਬ ਹਾਸਲ ਹੋ ਜਾਏ, ਪਲੇਅਰ ਹਾਸਲ ਖੁਸ਼ੀ, ਬੜੇ ਚਾਰੇ ਕਰ ਲੈ, ਕੋਈ ਦੌਲਤ ਮਗਰ ਨੱਠਾ, ਕੋਈ ਕਾਰੋਬਾਰ ਕੱਖ ਨਹੀਂ ਲੱਭਾ, ਰੱਬ ਦੀ ਕਿਸਮ ਅਸੀਂ ਐਵੇਂ ਆਉਣੇ ਬੜੇ ਖੁਸ਼। ਇਹਨਾਂ ਨੂੰ ਪੁੱਛੀਏ ਕਿ ਜਿਹੜਾ ਮੰਦਾ ਹਾਲ ਉਹਨਾਂ ਦਾ ਕੋਈ ਹਾਲ ਨਹੀਂ, ਫਕੀਰ ਖੁਸ਼ ਹੈ, ਨੰਗਾ ਬੰਦਾ ਖੁਸ਼ ਹੈ, ਦਰਵੇਸ਼ ਜੇ ਉਹ ਅੱਲਾਹ ਨੂੰ ਮੰਨਦਾ, ਅਤੇ ਬਾਕੀ ਜਿੰਨਾ ਮਰਜ਼ੀ ਜਸ਼ਨ ਲਾ ਲੈਣ, ਖੁਸ਼ੀ ਨਹੀਂ ਨਸੀਬ ਹੋ ਸਕਦੀ। ਇਹ ਦੁੱਖਾਂ ਦੀ ਭਰੀ ਦੁਨੀਆ, ਦਾਰੁਲ ਮਿਹਨ ਆ, ਦਾਰੁਲ ਹੁਜ਼ਨ ਆ, ਗਮ ਔਰ ਪਰੇਸ਼ਾਨੀ ਹੈ, ਇੱਥੇ ਜਾਨ ਨਹੀਂ ਛੁੱਟਣੀ, ਭਾਵੇਂ ਸਿੱਧਾ ਪੁੱਠਾ ਹੁੰਦਾ, ਫਿਰ ਇੱਕ ਹੀ ਚਾਰਾ ਰੱਬ ਜ਼ਿਕਰ ਅੱਲਾਹ ਤਤਮਈਨੁਲ ਕੁਲੂਬ, ਰੱਬ ਨਾਲ ਦੌਲ ਲਗਾ ਲਾ ਅਤੇ ਰਾਜ਼ੀ ਹੋ ਜਾ, ਮੈਂ ਜਿਹੜਾ ਕਰ ਰਿਹਾ ਨਾ ਜਹਾਂਦਾਰ ਦਾਨ ਜਹਾਂ ਦਾਸ਼ਤ, ਜਹਾਨ ਦਾ ਜਿਹੜਾ ਮਾਲਕ ਉਹਨਾਂ ਨੂੰ ਹਕੂਮਤ ਕਰਨੀ ਆਉਂਦੀ, ਕਾਹਦੇ ਤਬਸਰੇ ਤੂੰ ਕਰਦੇ ਨਾਰਾਜ਼ ਹੁੰਦਾ ਰਹਿੰਦਾ, ਆ ਨਹੀਂ ਹੁਣ ਆ ਨਹੀਂ ਹੁਣ, ਸਾਰਾ ਫਤੂਰੇ ਦਾ। ਰੂਮੀ ਰਹਿਮਤੁਲਾ ਫਰਮਾਉਂਦੇ ਜਦੋਂ ਅਸੀਂ ਆਪਣੀਆਂ ਫਿਕਰਾਂ 'ਚ ਪੈ ਗਏ ਨਾ, ਆਪਣੀਆਂ ਸੋਚਾਂ ਐਂ ਹੋਣਾ ਚਾਹੀਦਾ, ਉਸ ਵੇਲੇ ਸਾਰੀ ਮੁਸੀਬਤ ਪੈ ਗਈ। ਕਾਰ ਸਾਜ਼ੇ ਮਾਂ ਬ ਫਿਕਰੇ ਕਾਰੇ ਮਾਂ, ਜਿਹਨੇ ਦੁਨੀਆ ਬਣਾਈ ਉਹ ਸਾਡੇ ਕੰਮ ਸਵਾਰਨ ਵਾਲਾ, ਆਪ ਹਰ ਵਕਤ ਸਾਡੀ ਫਿਕਰ 'ਚ ਲੱਗਾ, ਉਹਨੂੰ ਪਤਾ ਵੀ ਇਹਨਾਂ ਨੂੰ ਬਣਾਇਆ ਜਿਹਨਾਂ ਦੇ ਕੰਮ ਸਵਾਰਨੇ ਆ। ਫਿਕਰੇ ਮਾਂ ਦਰ ਕਾਰੇ ਮਾਂ ਆਜ਼ਾਰੇ ਮਾਂ, ਆਪਣੇ ਕੰਮ ਦੇ ਬਾਰੇ ਜਦੋਂ ਅਸੀਂ ਆਪ ਸੋਚਾਂ 'ਚ ਪੈ, ਦੁੱਖ ਲੱਗ ਗਏ, ਪੈਰ ਹੁੰਦੇ ਫਿਰਦੇ ਕੱਖ ਨਹੀਂ, ਇਹਨਾਂ ਨੂੰ ਸਕੂਨ ਆਉਣ, ਇਹ ਅਮੀਰ ਹੋ ਕੇ ਵੀ ਦੁਖੀ ਹੈ। ਵਰਨਾ ਅੱਲਾਹ ਦੇ ਨੇਕ ਬੰਦੇ ਬਿਲਕੁਲ ਫਾਕਿਆਂ 'ਚ ਰਹਿ ਕੇ ਮਸਕੀਨੀ ਦੀ ਹਾਲਤ, ਜਿਸ ਤਰ੍ਹਾਂ ਦਰਿਆ ਦੇ ਕਿਨਾਰੇ 'ਤੇ ਗੁਲਾਬ ਦਾ ਪੌਦਾ ਨਾ ਸੁੱਕਦਾ ਨਹੀਂ, ਇਸ ਤਰ੍ਹਾਂ ਤਰੋਤਾ ਖੁਸ਼ ਰਾਜ਼ੀ। ਔਰ ਹਜ਼ਰਤ ਮੁਜੱਦਦ ਸਾਨੀ ਰਹਿਮਤੁਲਾਹ ਜਹਾਂਗੀਰ ਨੇ ਹਿੰਦੂਆਂ ਨੂੰ ਖੁਸ਼ ਕਰ ਲਈ, ਪਿਓ ਜੀ ਨਾ ਮੁਰਾਦ ਦੀਨ ਛੱਡ ਗਿਆ, ਹਿੰਦੂ ਰਾਣੀਆਂ ਅਕਬਰ ਨੇ ਕਰ ਲਈਆਂ, ਇਸਲਾਮ ਨੂੰ ਮਿਟਾਉਣਾ ਸ਼ੁਰੂ ਕੀਤਾ, ਰਸੂਲਾਂ ਦੀ ਤੌਹੀਨ ਸ਼ੁਰੂ ਹੋ ਗਈ, ਮਸਜਿਦਾਂ ਇਸਤਬਲ ਬਣ ਗਈਆਂ। ਜਹਾਂਗੀਰ ਵੀ ਉਸੇ ਰਸਤੇ 'ਚ ਹਿੰਦਣੀ 'ਚ ਜੰਮਿਆ ਸੀ, ਜੋਧਾ ਬਾਈ ਉਸ ਅੱਲਾਹ ਦਾ ਇੱਕ ਦਰਵੇਸ਼ ਬੰਦਾ ਹਜ਼ਰਤ ਸ਼ੇਖ ਅਹਿਮਦ ਸਰੰਦੀ ਮੁਜੱਦਦ ਸਾਨੀ ਰਹਿਮਤੁਲਾਹ ਖੜਾ ਹੋ ਗਿਆ, ਇੱਕ ਛੋਟੀ ਜਿਹੀ ਬਸਤੀ 'ਚ, ਖਤ ਲਿਖੇ ਜਰਨੈਲਾਂ ਨੂੰ, ਗਵਰਨਰਾਂ ਨੂੰ, ਵੀ ਇੰਨੀ ਮਿਹਨਤ ਕਰਕੇ ਅੱਲਾਹ ਦੇ ਨੇਕ ਬੰਦਿਆਂ ਨੇ, ਸਾਡੇ ਵੱਡਿਆਂ ਨੇ ਮੁਲਕ ਇਸਲਾਮ ਦਾ ਘਰ ਬਣਾਇਆ ਸੀ, ਇਹ ਕਿੱਧਰ ਨੂੰ ਹਕੂਮਤ ਚੱਲ ਪਈ? ਹਿੰਦੂ ਖੁਸ਼ ਹੁੰਦੇ ਅਤੇ ਗਾਂ ਦੇ ਸਭੇ ਬੰਦ ਹੋ ਗਏ, ਮੁਸਲਮਾਨ ਕਤਲ ਹੋ ਰਿਹਾ, ਅਤੇ ਲੋਕਾਂ ਨੇ ਆਖਿਆ ਹੈ ਬਾਗੀ ਹੈ ਅਤੇ ਹਕੂਮਤ ਦੇ ਖਿਲਾਫ ਦਿੱਲੀ ਬੁਲਾ ਲਿਆ, ਦਿੱਲੀ ਦਰਬਾਰ 'ਚ ਅਤੇ ਮੌਲਵੀਆਂ ਨੇ ਜਾਇਜ਼ ਕਰਤਾ, ਰਸਾਲੇ ਲਿਖਦੇ ਸੀ ਕਿ ਬਾਦਸ਼ਾਹ ਨੂੰ ਸਜਦਾ ਕਰਨਾ ਤਜ਼ੀਮੀ ਜਾਇਜ਼ ਹੈ, ਹਜ਼ਰਤ ਮਿਰਜ਼ਾ ਰਸਾਨੀ ਸਜਦਾ ਨਹੀਂ ਕੀਤਾ, ਜਾ ਕੇ ਅਸਲਾਮ ਅਲੈਕੁਮ ਕਿਹਾ, ਜਾਗੀਰ ਨੂੰ ਅੱਗ ਲੱਗੀ, ਉਹਨੇ ਆਖਿਆ ਤੂੰ ਸ਼ਾਹੀ ਆਦਾਬ ਬਜਾ ਨਹੀਂ ਲਿਆ, ਸਜਦਾ ਨਹੀਂ ਕੀਤਾ। ਉੱਥੇ ਲਾਮਾ ਇਕਬਾਲ ਫਰਮਾਉਂਦੇ ਨਾ, ਫਿਰ ਆਪ ਨੇ ਫਰਮਾਇਆ ਗੱਲ ਸੁਣ, ਜਿਹੜਾ ਸਿਰ ਖੁਦਾ ਅੱਗੇ ਝੁਕਦਾ ਜਹਾਂਗੀਰ ਅੱਗੇ ਝੁਕਦਾ,
گردن نہ جھکی جس کی جہانگیر کے آگے ہے جس کے نفس ہے گرم سے گرمی ہے ہرا. یہو جہ لوگ ہیں جنہاں پر دین تریا ہوگا اور جڑے چکدان والے انہاں کی کیتا انہاں نام روزاں دے نام مٹ گئے کتے ذکر ہوندا تے لعنت بھیج دے سی قید کر لیا گوار یار دے قلعے نظر بند کر دیتا. وہ زمانے جڑے حضرت امجد الثانی رحمت اللہ علیہ خاطر اپنے بچیاں نوں بیویاں نوں دوستاں نوں فرمایا یار بڑی عمر گزری خدا نوں یاد کرنا مگر کبھی لطف نہ آیا جڑا انہاں مصیبتاں دا جنہیں دکھ دیتے نا ہوں قرآن پڑھن دا وی مزہ آیا تے رب دا وی سواد آیا کیسے نہ خدا نوں یاد کری دا اے لذت جو ہے جڑی انہاں نوں حاصل نہیں ہو سکی. حضرت شاہ مولانا شبیر احمد عثمانی فرماؤں دے ایک نیک آدمی کا قول لکھا کہ جے نا بادشاہ نوں پتہ لگ دے نا اللہ نو منع رہا ہے دلان کی سکون اور چین ہے کہ جے لشکر کشی کر کے فوجان کے ذریعے حملہ کرے کسی طرح چھین سکن تے بیچارے چارہ کرن میں ہو نہیں سکے. یہ کھیڈ ہے دل بھی یہ باہر لب دے سکون باہر ہے باہر کسی سکون نہیں جنہ مرضی کو نٹ پا جلا ہے دکھ ہی مصیبت ہے بچے نو آ کرونا بیٹے بیٹی نو ایتھے ویاونا کوئی نہ کوئی رفڑی ہے کوئی طلاق ہو گئی کوئی مصیبت نظام دکھان کی دنیا ہے سکون کدے سے من لیا اللہ نے وہ ساتھی بن کے فرمایا پھر فرشتے کہیں گے یار دنیا جیسی تھوڑے ساتھی رہے تو تسلیاں دیں رہے تھوڑی مدد کرتے رہے تو آخرت بھی ولا کم فی آما تشتہی ان خسکم اتنے ہوں جو تا جی چاہتا نا پہلا سواد اس کو شروع ہوا ما تشتہی ان خسکم جیڑی جیڑی شہر چاہتا جنہیں جنہ جنہ چاہتا سب ملو گا ایتھے کسرا رب کر دینی ہے وہ ایویں نہیں سی شوق پیدا کیتا تو ہم دسے نہیں سی بھی شوق دنیا جو پورا نہیں ہو سکتا پھر کی کریے پھر میں ہاں کر دیں مگر ایتھے بندہ بن جائے ایتھے خواہشاں نوں کنٹرول کر کے رکھ میری مرضی نہ چل گا تیری مرضی ہوگی پھر اس تو شیخ اکبر مجھے دین برادری فرمایا پہلا سک عربی زبان سک آنے سواد کاف ایتھے اسی چیک آنے پہلا چیک ہی دینا اللہ نے سجے ہاتھ کہ جا کون کوئی یقون دے اختیار دیتے تو کہہ دی ہو ہندا دو جو میری طاقت سی نا وہ تینوں میں دیتی ہے کوئی اتنے محنت کرنی لو نہیں تو کہیں گا بٹھیرا پجا ہونا اور نہ میرا خوبصورت عورت ہور نہیں کئی لوگ ملتے جی پادری بڑے اعتراض کرتے ہیں تو خوبصورت عورت میں پادری کے نمبر دوں گے پھر اے کھسی ہو گے حرام دے یا جھوٹ بول دے عورت کو بری شا ایڈی وڈی خواہش ہے انسان دی کہ ہر آدمی چاہتا کہ خوبصورت ہو اللہ فرماتا میں آپ تیرے چ پیدا کی تھی میں نہ کنجر پادری جی نے پوچھنا بالکل تیرا شوق پورا کروں گا ہور نہیں کام سال لوڑ ہے مکمون بالکل گوڑیاں مکیاں کھائیاں خیرات نحسان آپ تنگ سونیاں تے ظاہری بھی حسن کمال کر دیا پورا کروں مگر ایدان دیا نہیں ہونگیا جو میں ہون تڑیاں پھر میں بغیر فرمایا نہیں جنت ہون دیا جتے پاک ماحول ہے نہ جنتیاں دے برے ارادے نہ ہور مقصورات پھر خیام ایڈیاں گوڑیاں ہونگیا مگر خیمیاں بند رہیں گیا کبھی نہیں وہ سیر سپٹے کرنی ہے اتوں اندازہ کرو بھائی جس دین دے ہلکے اتار رہا ہے دانشور یہ پردہ کوئی شہ نہیں نیت نہیں کوئی وہ جن جرا بابا بھی وہ کرانے رہن گی کہاں سے رات پر نظرہ نہیں رکھنی اتنے سے ڈر کوئی نہیں سی نا جب اتنے بھی اللہ کا جڑی شریف عورتوں کا حال ہونا اتنے لفنگیاں راہ بارہ یہ دین کتنا قبول کرے دین دے دشمن بالکل اسلام دے ویری ہو بھائی تر کو نہیں دین تے امر کا نام رو کہو پیسے جرم کیوں آئے ہڑیا وغیرہ دے نہیں دین دا نہیں ہے ہوئی ہے یوں ہے کوئی گل اللہ پاک فرمایا بیویاں بھی دیاں گے خوبصورت اور حسین پھل دیاں گے ہر قسم دے ان المتقین فی ظلال وعیون و فواکہ مما یشتہون فروٹ ہر قسم دا جڑے جڑے نوں تہاڈا جی چاہو اے جی چاہو آکھیا جڑا جی چاہو ایتھے نا کہ جی چاہندے ملدا نہیں یہ میں ظلم تے نہیں کیتا صرف اس تو تمہیں یہ غور کرنا پڑنا جیسے سارے شوق ہے ایتھے کوئی صورت نہیں تے جے گاہ بھی کوئی دنیا نہیں تے خدا دے واسطے بہت تبا یہ ہو گیا ظلم ہے کہ انسانوں نے اتنا شوق لا گئے بندوبست ہی کوئی نہ کرے نہیں کیتا انہیں اپنی کتاباں جواب دیتا کہ بے فکر رہو شوق پورے کرنا میں سامان کیتا مگر جس طرح دنیا ہر شے لئی کچھ وقفہ کچھ تھوڑا عرصہ جدے انتظار تو بعد ملتا اسی طرح ہی اس دنیا چ انتظار کرو تیاری کرو کام چج دے کرو بیج بو فصل تیار ہو جاؤ بالکل ان شاء اللہ سارے کام ملیں گے. ہوں ابھی دنیا پھر اسی کتنا رہیے کیویں رب دی مرضی دے کام کریے تو پھر وہ سانو ابدی اور دائمی اور بالکل لا تعداد نعمت اے لا تعداد نعمت تو یاد ہوگا
اللہ دے رسول علیہ السلام ایک دن بیان فرما رہے سی دوگا میں تو دسا کہ سارا تو ادنا جنتی ادنا اللہ پاک نے کی خوشتبی کرنی دل لگی کہ جہنم دے درمیان تو نہ بیچارا اللہ تعالیٰ نے اچھالنا جیسے تان اچھلیا نے ویکیا دوزخ دے دروازے والا کچھ تھوڑی انہیں آخیا اللہ تو رحمان رحیم ہے میں تیرا آج بندہ جرم بڑے کیتے مر کلمہ پڑھتا سی تیری وحدانیت دا قائل سی بے رحم کریں اوتھے لاگے کر اللہ پاک فرمایا آدم دے بیٹے تو دنیا بڑے وعدے کردا تے میرا جو لنگ جائے تو جاندا سی مکر کئی واری منتا مندا سی ایسا کم ہو جائے نہ کرو پھر جاندا ایک گل کر لا پوری کر دی اے خوش تبھی نہیں ہے دروازے کو کر دی اور دروازے کو کیتا باہر نگاہ ماری سکھا تو باہر ویکیا تو اسے کچھ بھی نہیں کہا کہ اللہ اینا گرام کیتا باہر کر پھر وہ گل اللہ نے آخر تو کہہ رہا جو ایدا ہی ہوں سی پھر جنت دے پھل لڑکتے ویکے رب اٹھے کے لاگے کر اللہ پاک دے رسول اللہ علیہ وسلم فرمایا جنت دے دروازے کے پھر ایک نہر بگتی ہے نہر حیات اللہ پاک نے اسے گوتا لوانا سارے دکھ زخم پل گئے یاد ہی نہیں رہنا بھی کدی میں دوزخ چ رہا سی کہ مجھے خوشیاں جنت داخل ہویا رسول کریم علیہ السلام فرماؤں دے اے لڑ مر گئی دنیا جا ملک لینا ملک بچا ہم تو تمنا کر کنی کی زمین چاہنا انہیں اپنے خیال تھا کیا بھی مشرق تو مغرب تک جڑی سی نا زمین اے بڑی سی اینی کلاب ہو جائے تو بڑی گل اے ادنا جنتی اللہ پاک فرمایا وہ بھی دیتی تینوں تے دس نال ہور دتیاں اینے دا مالک تو ایڈا وڈا راج اور خیمے رسول کریم علیہ السلام فرمایا ایڈے ایڈے وڈے موتیاں دے بنے خیمے ادھر رہن والی بیویاں ادھر کا نہیں پتا دے وہ جنتی گھوموں گا سینکڑے سال گشت کروں گا ایک خیمہ نہیں مکوں گا موتی موتی اس طرح فرمایا شوق تیرے پورے کر دیں گے پر بندہ بن کے رہ ایتھے کچھ دن صبر کر دا بالکل جو چاہیں گا نا میں تیرے نہ کچھ زیادتی کروں گی تیرے دل سے انہیں شوق پیدا کر دے پلے میرے کچھ بھی نہیں ہو جائیں گے شوق پورے مگر صبر وہ نہیں پھر میں ہوں کہ پوچھیے کون دسے اللہ کی مرضی کی ہے فرمایا بھی بندوبست میں آپ کی جسے ہور تیریاں لوڑا پوریاں کیتیاں نا بس تینوں بھوک لگتی ہے خوراک پیدا کیتی پیاس لگتا پانی ہے جوس ہے لباس کی ضرورت ہے انگنت لباس ہے تو ہدایت کا بندوبست نہ کرنا انا رہنا للہدا یہ ہماری ذمہ داری تھی کہ ہم تمہیں راستہ بتائیں اتنے اندھیرے پٹکنی میں چھڑ دا نہ کلا خدا آؤں میں منا کے میں نہیں چھڑ دیتا ٹکرا مار دے پھرو پہلے دن ہی پہلا انسان ہی جڑا زمین تے اتاریا نبی اتاریا انہوں دین دس کے بھیجا بھائی دائن دسیں کیا کام کرنے تے نہیں کرنے حضرت سیدنا آدم علیہ السلام ہی نبی پھر فرمایا من امت الا خلافیہ نذیر کوئی گروہ نہیں رہا دنیا جیسا جس میری طرفوں کو خبردار کرنے والا نہیں ہر ملک سے بھیجا وما ارسلنا من رسول الا بلسان قوم یہ بھی نہیں میں علماء لیا سانوں تو انہوں کی بولی نہیں سی آؤں جس جس زبان نو بول دے سی اسے جی نبی اتارا کتاب اسے جی لے کے آیا اس تو اللہ کے نیک بندے دعائی دین دے گئے ہندوؤں کے بزرگوں نے برا نہ کیا کرو نہ لے کے بھی نہ کہو بے نبی ہے خدا جانے نبی ہو رہے ہیں بزرگی ہون ولی مگر برا نہیں کہنا تو انہوں کی پتا ہے نبی ہون اس امت ہر امت اللہ پاک نے تیجے ربر حدی دین دس لا رہے اور سب تو آخر تے آ کے پھر اللہ نے سید کائنات فخر موجودات حضرت محمد مصطفیٰ صلی اللہ علیہ وسلم کے اور رسول کریم علیہ السلام دے پہلا سی بے علاقے جدے جدے سی قوماں جدیاں سی اللہ پاک یہی کردا سی چلو ادھر دا نبی وکھرا ادھر دا وکھرا ساری دنیا دا ایک نبی نہیں سی مگر نبی علیہ الصلوۃ والسلام دے آن تو بعد زمانی مکانی تقسیم ختم نہ ہن اے بیا علاقہ جڑا اے دے نبی دا او دے نہیں بوستر اللہ ہمارے والا سوا گورا وسدا پاویں کالا وسدا مشرق تے پاویں مغرب تے رسول کریم علیہ السلام سب دے نبی انہوں کا ٹائم مک جانا سی ایسا وقت مکا نواں ربر آ گیا فرمایا بوستانا بسا تو کہا تین انگلیاں جوڑ کے آخیا میں اور قیامت ہوں اس طرح میرے اور قیامت درمیان کوئی ربر نہیں ہوں ساری دنیا واسطے رہبر میں پہلا یہ کام چلتا رہتا سی ادھر موسا علیہ السلام منگے دوجے نہیں سی پابند وہ اپنے نبی نو مندر ہے ہوں آخیا گل سن لو اور سارے دروازے رب نے کرتے سیل ہوں کوئی آخے نا موسا علیہ السلام پیچھے یا عیسیٰ علیہ السلام پیچھے لگ کے جنت نو جاؤں کھیڑ ختم ہے اللہ نے کینسل کر چڑیا لو کان موسا حیم نا وسے تباہی ہوں تو موسا علیہ السلام بھی زندہ ہوں تو بھی نجات نہیں سی جب تک میرے پیروں نہ ہوں لو اکبر اللہ
اللہ دے رسول دی کی شان ہے زمانے بھی سارے قدماں تھلے راکے بھی سارے قدماں تھلے امتاں بھی ساریاں بج گئی جس کے آگے سبھی مشلیں اے مولا مرزا خان بریلوی جی مرحوم دا شعر ہے اے لوک آپ پہ بندہ پائیے پائی رکھ میرے لیے سب مسلمان بالکل میں ڈنکے دی چوٹ والا تے مشرق مغرب دنی امت ہے مشرق بالکل اللہ دے رسول دے دیوانے مسئلے دی کی ہے کہ کسے دی سمجھ کچھ آئے تے کافر ہو جانا جن نے آکھیا میں نہیں نبی پاک نوں مندا کافر ہو جن نے آکھیا بسم اللہ اے سید دا مانا ملو علم دی گل چلو میں آکھوں گا اے دی نہیں تحقیق ٹھیک میری تے او کافر نہیں بنو یہ ساری فہم دی بات ہے کفر نہ دی کوئی شے نہیں کیویں فرمایا بج گئی جس کے آگے سبھی مشعل بڑیاں بتیاں بڑیاں سی اللہ دے نبیاں دی بج گئیاں شمع لے کے وہ آیا ہمارا نبی اللہ دے رسول ایسا دین لے کے آئے سب کسے ختم ہو ہون کیا ابن تیمیہ رحمۃ اللہ علیہ فرمائے دو حصے دین دے ایک گواہی اشہد اللہ الہ اللہ ایک اشہد ان محمد عبد رسول اے کی ہے اے جو کچھ میں بیان کیتا ہوں خدا سے مرضیاں ایتھے اپنی چھڈو جو اللہ دا کرو اے لا الہ اللہ چاہ گیا کہ حاکم لے کے اس دنیا کسے ہور دی حکومت نہیں وہی کائنات دا مالک ہے اودی غلامی کرو اور محمد رسول اللہ وہ اللہ کے حکم معلوم کرنے کا ذریعہ کی ہے کوئی منمانی نہ کرے کوئی کوڑ نہ کرے اگر ایسا کروں گا جو خدا کی اطاعت کر نہیں کرے تو اپنی مرضی کر اللہ کا حکم کالا منگا ایس پارو رد علی البکری ایک عالم سی اس زمانے کا انہیں امام ابن تیمیہ نے مناظرے کیتے بل ڈے بارج امام نے رد لکھا رد علی البکری وہ خلاصے کے طور ہمایا بکری دین کی ہے کلمہ تو پڑھ لے کچھ سمجھا بھی ہے دین الاسلام علی السلام اسلام دو جڑاں تے کھڑا ہے اے درخت جڑا ہے دو مول ہے دو جڑاں جڑاں تے سارا بوٹا ایڈا کھڑا ہے فدین الاسلام علی السلام من خرج اللہ دن من ما فلا دین علی ولا اصل اینا تے ایک چنگ جڑا باہر نکل گیا نہ ہوگا کوئی دین تے نہ ہوگی کوئی جڑ رہی بالکل تباہ ہو گیا پہلا لا اللہ الا نعبد اللہ وحدہ ولا نشرک بہ شیئا پہلے اسے دسیا بزرگ کیا جنوں راضی کرنی فکر کرنی اس تو سوا کہے دی پوجا نہیں نہ شرک کرنا ہی اور دوجے کی دسیا والا نعبد او بما شرع اللہ بالحواز پر بدا کہ اللہ دی عبادت او نہ کرنی ہے جدا نے آپ کیا بدتا نہیں کرنی ہے من کر طریقے نہیں کرنے اے تو اپنے آپ نو خدا دی غلامی چ آزاد کرن دا اعلان کر اس تو جڑا آدمی حدیث رسول اللہ علیہ السلام پڑھدا اللہ نہیں ہویا انہوں پتا بھی جنی برائی حضور نے شرک دی بیان کی انہیں بدت دی کی بدت بالکل پھر وہی گل ہے کہ خدا نو چھڑ کے مڑ کے اپنی منمانی شروع کرتی ایک آدھی غلامی ہے رسول کا بھی آیا اس تو شرک توحید دی جڑ ہے کٹن والی گل اور بدت محمد رسول اللہ دی سنت دی جڑ کٹن والی گل ہے رسول کو کسر چھڑ کے گیا کوئی خامی چھڑ کے گیا امام مالک رحمۃ اللہ علیہ فرمانے جن کیا بیا نوی گل ہے مگر اچھی ہے انہیں اللہ کے رسول نے خائن اور بددیانت کیا کہ اللہ نے دین مکمل دیتا سی نبی پاک پورا دس نہیں سکے ہونا سی اپنی مرضیاں نہ کرنے پھر میں اے رسول پاک نے مننا نہیں گل توبہ کرو تے مثالاں دے مولوی صاحب سے اینک لائی ہے پہلے سپیکر کرا پرانا یار ایک کوئی عبادت دی گلا اے ثواب عذاب دے کم ہے ہندو بھی برت رہا عیسائی برت رہا اے دنیا دی سہولتاں دین دا کم وہ جڑا میں ہندو اور سکھ ہوں آ میرے نہ کر انہیں آخر توبہ جی تھوڑا دینی کم ہے مذہبی انہوں چیزوں نے مقبل حضور نے کیا دنیا لی تو آپ نے کیا کہا کھجور کی پین دے مسئلے کہ میرے کو دین لو ان تمہارا بے مور دنیا یہ دنیا کے کم آپ تھی جانتے جی اس میں انہیں دعاؤں الگ رکھا کہ جدو کسی کیا جی سواب ہونا یہ وخا اللہ دے رسول نے کیا جی نہیں کیا تو تین کوئی حق نہیں یہ کم مکمل ہو چکا جی اللہ دنیا کا کم ہے یار سکوٹر لوا جہاں کار کی سواری چنگی ٹھیک ہے ہندو مسلم سب برت رہا ہے یہ شاہ ولی اللہ رحمۃ اللہ فرمایا ارتفاقات دنیا کی زندگی بصورت گزار لی ہے یہ سواب عذاب کا کسی کا ذہن نہیں ہوتا جب حج عمرے کی واری آنی دروش شریف کی آنی نماز روزے دین وہ یہ کہ اللہ خوش ہو رہا سواب سانو اللہ تعالیٰ دے اور ایک ترابات انہوں نے شاہ ولی اللہ رحمۃ اللہ علیہ ایک ترابات اللہ کا قرب حاصل کرنے کی کوشش کرنی کیا کام کر کے رب دے نیڑے ہوئی یہ ارتفاقات کہ دنیا کی زندگی آسانی نہ گزرے اے الگ رکھنا چلاکی تو نہیں آنا جڑا موڑی چلاکی کرے نا کہ میں آخیا تو آ کی کر رہا